ਸਤਿ ਸ਼੍ਰੀ ਅਕਾਲ ਡਾਕਟਰ ਸੰਤੋਖ ਸਿੰਘ ਚੰਡੀਗੜ੍ਹ ਤੋਂ ਅੱਜ ਅਸੀਂ ਗੱਲ ਕਰਨੀ ਹੈ ਉਸ ਜੜੀ ਬੂਟੀ ਦੀ ਇਕੱਲੀ ਜੜੀ ਬੂਟੀ ਦੀ ਇੱਕੋ ਇੱਕ ਜਿਹੜੀ ਕਿ ਸਾਡੇ ਮਲਟੀ ਕੰਮ ਕਰਦੀ ਹੈ ਸਾਡੇ ਸਰੀਰ ਦੇ ਵਿੱਚ ਅਤੇ ਮੇਨਲੀ ਇਹ ਲੀਵਰ ਵਾਸਤੇ ਅਤੇ ਕੈਂਸਰ ਵਾਸਤੇ ਤਵਚਾ ਵਾਸਤੇ ਕੋਲੈਸਟ੍ਰੋਲ ਵਾਸਤੇ ਕਾਫੀ ਅੱਛੀ ਚੀਜ਼ ਹੈਗੀ ਹੈ ਅਤੇ ਮੇਨ ਅੱਜ ਕੱਲ੍ਹ ਗਰਮੀਆਂ ਦਾ ਟੋਪਿਕ ਹੈ ਲੋਕਾਂ ਨੂੰ ਲੀਵਰ ਦੀ ਤਕਲੀਫਾਂ ਬਹੁਤ ਵੱਧ ਰਹੀਆਂ ਨੇ ਫੈਟੀ ਲੀਵਰ ਤਾਂ ਹੈਗਾ ਹੀ ਹੈਗਾ ਅਤੇ ਖਾਸ ਕਰ ਤਾਂ ਮੈਂ ਸੁਣਾ ਦਿੰਦਾ ਕਿ ਜਿਹੜਾ ਵੀ ਅਸੀਂ ਕੁਝ ਖਾਂਦੇ ਹਾਂ ਉਹ ਸਾਡੇ ਲੀਵਰ ਥਰੂ ਹੋ ਕੇ ਨਿਕਲਦਾ ਅਤੇ ਜੋ ਵੀ ਅਸੀਂ ਦਵਾਈ ਖਾਂਦੇ ਹਾਂ ਜਾਂ ਕੋਈ ਹੋਰ ਚੀਜ਼ਾਂ ਅਸੀਂ ਸੇਵਨ ਕਰਦੇ ਹਾਂ ਉਹ ਲੀਵਰ 'ਤੇ ਉਹਦਾ ਟੋਕਸਿਕ ਇਫੈਕਟ ਜਾਂਦਾ ਹੈ ਅਗਰ ਉਹ ਜਿਹੜਾ ਅੰਨ ਹੈਗਾ ਉਹਦੇ ਵਿੱਚ ਟੋਕਸੀਸਿਟੀ ਹੈਗੀ ਹੈ ਪੈਸਟੀਸਾਈਡ ਹੈਗੇ ਹੈ ਅਤੇ ਹੁਣ ਲੀਵਰ ਨੂੰ ਆਪਣਾ ਕਿਸ ਤਰ੍ਹਾਂ ਮਜ਼ਬੂਤ ਕਰਨਾ ਅਤੇ ਉਹ ਇੱਕ ਹਰਬ ਇਕੱਲੀ ਇੱਕ ਹਰਬ ਅੱਜ ਮੈਂ ਜ਼ਿਆਦਾ ਵੇਰਵਾ ਨਹੀਂ ਦੇਵਾਂਗਾ ਅਤੇ ਪਹਿਲੇ ਮੈਂ ਤੁਹਾਨੂੰ ਕੁਟਕੀ ਬਾਰੇ ਬਹੁਤ ਜਾਣਕਾਰੀ ਦਿੱਤੀ ਸੀ ਅਤੇ ਧੰਨਵਾਦ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਫਾਇਦਾ ਚੱਕਿਆ ਮੇਰੀ ਵੀਡੀਓ ਦੇਖ ਕੇ ਅਤੇ ਕਈਆਂ ਨੂੰ ਕਾਫੀ ਫਾਇਦਾ ਹੋਇਆ ਅਤੇ ਮੈਨੂੰ ਕਾਫੀ ਰਿਸਪੋਂਸ ਮਿਲੇ ਹੈ ਇਹਦੇ ਵਿੱਚ ਅਤੇ ਅੱਜ ਆਪਾਂ ਸੈਕਿੰਡ ਗੱਲ ਕਰਨੀ ਹੈ ਜਿਹੜੀ ਚੀਜ਼ ਦੀ ਉਹ ਹੈਗਾ ਹੈ ਆਹ ਵਾਲਾ ਦੇਖੋ ਇਹ ਫੁੱਲ ਹੈ ਇਹ ਫੁੱਲ ਹੈਗਾ ਅਤੇ ਇਹ ਇਹਨੂੰ ਅਸੀਂ ਸਮਝੋ ਸੋਚੋ ਕੀ ਕਹਿੰਦੇ ਹੋਵਾਂਗੇ ਅਤੇ ਇਹਦੇ ਬੀਜ ਵੀ ਯੂਜ਼ ਹੁੰਦੇ ਨੇ ਦੇਖੋ ਇਹ ਪਰਪਲ ਕਲਰ ਦਾ ਫਲਾਵਰ ਹੈ ਮੈਂਗਣੀ ਲਾਲ ਰੰਗ ਦਾ ਵੀ ਹੋ ਸਕਦਾ ਇਹਦੇ ਪੱਤੇ ਬੜੇ ਸ਼ਾਰਪ ਹੁੰਦੇ ਆ ਹਰੇ ਹੁੰਦੇ ਆ ਅਤੇ ਉਹਦੇ ਦੁੱਧੇ ਰੰਗਾਂ ਦੇ ਉਹਦੇ 'ਚ ਨਾ ਨਾੜਾਂ ਹੁੰਦੀਆਂ ਇਹਦੀ ਪਹਿਚਾਣ ਹੈ ਅਤੇ ਪਹਾੜਾਂ ਦੇ ਵਿੱਚ ਇਹ ਇੰਡੀਆ ਦੇ ਵਿੱਚ ਬੜਾ ਅਕਸਰ ਮਿਲਦਾ ਅਤੇ ਇਹਦੇ ਪੱਤੇ ਤੁਸੀਂ ਦੇਖੋ ਧਿਆਨ ਦੇ ਨਾਲ ਇਹ ਮਿਲਕ ਕਲਰ ਦੀਆਂ ਇਹਦੇ ਵਿੱਚ ਨਾੜਾਂ ਹੈਗੀਆਂ ਦੁੱਧ ਵਹਿੰਦਾ ਹੈ ਮਿਲਕ ਦੁੱਧ ਵਹਿੰਦਾ ਅਸੀਂ ਐਸ ਸਮਝ ਲਓ ਤਾਂ ਮੈਂ ਹਿੰਟ ਦਿੱਤਾ ਕੀ ਚੀਜ਼ ਹੋ ਸਕਦੀ ਹੈ ਕਮੈਂਟ ਕਰਕੇ ਦੱਸੋ ਅਤੇ ਆਪਦੇ ਬੀਜ ਨੇ ਠੀਕ ਹੈ ਜੀ ਇਹਨੂੰ ਆਪਾਂ ਕਿਸ ਤਰ੍ਹਾਂ ਸੇਵਨ ਕਰਨਾ ਹੈ ਆਹ ਦੇਖੋ ਬਿਊਟੀਫੁਲ ਚੀਜ਼ ਹੈਗੀ ਹੈ ਆਹ ਚੀਜ਼ ਹੈਗੀ ਆ ਚਲੋ ਫੋਟੋ ਬੰਦ ਕਰਦੇ ਹਾਂ ਕੰਮ ਦੀ ਗੱਲ ਸ਼ੁਰੂ ਕਰੀਏ ਇਹਦਾ ਨਾਮ ਹੈਗਾ ਉਹ ਪੱਤੇ ਸੀ ਦੁੱਧ ਵਾਲੀਆਂ ਮਿਲਕ ਥੀਸਲ ਮਿਲਕ ਥੀਸਲ ਮਿਲਕ ਥੀਸਲ ਬੜਾ ਮਸ਼ਹੂਰ ਹੈ ਬਾਡੀ ਬਿਲਡਰਸ ਕਾਫੀ ਜ਼ਿਆਦਾ ਖਾਂਦੇ ਨੇ ਕਿਉਂਕਿ ਇਹ ਲੀਵਰ ਨਾਲ ਕਾਫੀ ਪੰਗਾ ਲੈਂਦੇ ਨੇ ਪ੍ਰੋਟੀਨ ਖਾ ਖੂ ਕੇ ਲੇਕਿਨ ਆਮ ਬੰਦਿਆਂ ਵਾਸਤੇ ਵੀ ਜਿਹੜਾ ਉਹ ਪ੍ਰੋਟੀਨ ਘੱਟ ਵੱਧ ਖਾ ਕੇ ਜਾਂ ਫੈਟ ਜ਼ਿਆਦਾ ਵੱਧ ਖਾ ਕੇ ਦਾਰੂ ਦੂਰੂ ਪੀ ਕੇ ਜਦ ਲੀਵਰ ਖਰਾਬ ਕਰ ਲੈਂਦੇ ਨੇ ਉਹ ਲੋਕ ਸੁਣਨ ਮਿਲਕ ਥੀਸਲ ਮਿਲਕ ਥੀਸਲ ਇੱਕ ਇੱਕ ਜੜੀ ਦਾ ਨਾਮ ਹੈਗਾ ਤੁਹਾਨੂੰ ਦਿਖਾਤਾ ਕਿ ਜਿਹੜੇ ਫੁੱਲ ਪਰਪਲ ਕਲਰ ਦੇ ਜਾਂ ਲਾਲ ਰੰਗ ਦੇ ਹੁੰਦੇ ਨੇ ਪੱਤੇ ਤੁਹਾਨੂੰ ਦੱਸਿਆ ਤੁਹਾਨੂੰ ਇਹਦੀ ਬੜੀ ਅੱਛੀ ਜਿਹੀ ਪਛਾਣ ਹੈਗੀ ਹੈ ਅਤੇ ਇੰਡੀਆ ਵਿੱਚ ਅਕਸਰ ਮਿਲ ਜਾਂਦਾ ਹੈ ਇਹ ਪੰਸਾਰਿਆਂ ਕੋਲ ਵੀ ਮਿਲ ਜਾਂਦਾ ਹੈ ਮਿਲਕ ਥੀਸਲ ਦੇ ਬੀਜ ਮਿਲ ਜਾਂਦੇ ਹੁਣ ਮਿਲਕ ਥੀਸਲ ਨੂੰ ਆਪਾਂ ਜਿਹੜੇ ਬੋਟਨੀ ਜਾਣਦੇ ਨੇ ਉਹਦਾ ਬੋਟੈਨੀਕਲ ਨੇਮ ਇਹਦਾ ਕੀ ਹੈ ਸਿਲੀਨਮ ਸਿਲੀਨਮ ਮੈਰੀਯਾਨਮ ਸਿਲੀਨਮ ਮੈਰੀਯਾਨਮ ਠੀਕ ਹੈ ਸਿਲੀਬੀਅਮ ਸਿਲੀਨੀਅਮ ਮੈਰੀਯਾਨਮ ਇਹਨੂੰ ਆਪਾਂ ਇਹਦੇ 'ਚੋਂ ਜਿਹੜਾ ਮੇਨ ਐਲਕਲੋਇਡ ਹੈ ਜਿਹੜਾ ਮੇਨ ਤੱਤਵ ਹੈ ਇਸ ਬੀਜਾਂ ਦੇ ਵਿੱਚ ਇਹ ਫੁੱਲਾਂ ਦੇ ਵਿੱਚ ਉਹਨੂੰ ਅਸੀਂ ਕਹਿੰਦੇ ਹਾਂ ਸਿਲੀਮਰੀਨ ਸਿਲੀਮਰੀਨ ਆਪਣੇ ਡਾਕਟਰਸ ਕਾਫੀ ਯੂਜ਼ ਕਰਦੇ ਨੇ ਅੰਡਰ ਮਤਲਬ ਕਿ ਲੀਵਰ ਦੀਆਂ ਕੰਡੀਸ਼ਨਾਂ ਦੇ ਵਿੱਚ ਭੁੱਖ ਨਾ ਲੱਗਦੀ ਹੋਵੇ ਭੁੱਖ ਕਰਕੇ ਖਾਰਿਸ਼ ਹੁੰਦੀ ਹੋਵੇ ਭੁੱਖ ਫੈਟੀ ਲੀਵਰ ਹੋਵੇ ਜੌਂਡਿਸ ਹੋ ਜਾਵੇ ਪੀਲੀਆ ਹੋ ਜਾਵੇ ਅਤੇ ਇਹਦੇ ਵਿੱਚ ਇਹ ਕੰਮ ਕੀਤਾ ਜਾਂਦਾ ਹੈਗਾ ਅਤੇ ਲੀਵਰ ਦੇ ਮੁੱਖ ਰੋਗ ਹੈ ਕਿਹੜੇ ਕਿਹੜੇ ਹੈ ਇੱਕ ਹੈਗਾ ਪੀਲੀਆ ਹੁੰਦਾ ਇੱਕ ਸਰੋਸਿਸ ਲੀਵਰ ਗਲ ਗਿਆ ਅਤੇ ਲੀਵਰ ਸਰੋਸਿਸ ਹੁੰਦਾ ਦਾਰੂ ਕਰਕੇ ਇੱਕ ਨੋਨ ਅਲਕੋਹਲੀ ਕਰਕੇ ਠੀਕ ਹੈ ਜੀ ਹੈਪੇਟਾਈਟਿਸ ਕਾਲਾ ਪੀਲੀਆ ਕਹਿ ਦਿੰਦੇ ਹਾਂ ਜਿਹਨੂੰ ਹੈਪੇਟਾਈਟਿਸ ਏ ਬੀ ਸੀ ਹੈ ਨਾ ਅਤੇ ਇਹ ਚੀਜ਼ਾਂ ਹੁੰਦੀਆਂ ਨੇ ਇਹ ਗਾਲ ਬਲੈਡਰ ਦੀ ਪਿੱਤੇ ਦੀ ਪ੍ਰੋਬਲਮ ਜਿਹੜੀ ਹੁੰਦੀ ਹੈ ਅਤੇ ਫੈਟੀ ਲੀਵਰ ਦੀ ਪ੍ਰੋਬਲਮ ਹੈਗੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਹ ਜਿਹੜੀ ਜੜੀ ਬੂਟੀ ਹੈਗੀ ਹੈ ਇਹ ਕੰਮ ਕਰਦੀ ਹੈ ਹੁਣ ਇਹਦੇ ਆਪਾਂ ਬੀਜ ਲੈਣੇ ਆ ਬੀਜਾਂ 'ਚੋਂ ਮਿਲਦਾ ਕੀ ਹੈ ਇਹ ਜਿਹੜੇ ਸੁੱਕੇ ਬੀਜ ਹੁੰਦੇ ਨੇ ਇਹ 'ਚੋਂ ਮਿਲਦਾ 4-6% ਸਿਲੀਮਰੀਨ ਜੋ ਕਿ ਸੋਜਿਸ਼ ਨੂੰ ਘਟਾਉਂਦਾ ਲੀਵਰ ਦੀ ਅਤੇ ਐਂਟੀ ਆਕਸੀਡੈਂਟ ਹੈਗਾ ਇਹ ਐਂਟੀ ਕੈਂਸਰ ਵੀ ਹੈਗਾ ਠੀਕ ਹੈ ਲੀਵਰ ਦਾ ਆਖਰੀ ਲੋਕ ਤਾਂ ਐਂਟੀ ਕੈਂਸਰ ਲੀਵਰ ਹੀ ਕੈਂਸਰ ਲੀਵਰ ਹੁੰਦਾ ਕੱਲ੍ਹ ਮੇਰੇ ਕੋਲ ਕੇਸ ਆਇਆ ਸੀ ਕੈਂਸਰ ਲੀਵਰ ਦਾ ਅਤੇ ਦਰਦ ਹੋ ਰਹੀ ਸੀ ਉਹਨੂੰ ਲੀਵਰ ਦੇ ਵਿੱਚ ਇੱਥੇ ਢੇਡ ਦੇ ਵਿੱਚ ਮੈਂ ਐਕਸਰੇ ਕਰਵਾਇਆ ਅਤੇ ਉਹ ਸੋਰੀ ਅਲਟਰਾਸਾਊਂਡ ਕਰਵਾਇਆ ਅਤੇ ਉਹ 'ਚ ਅਨਭਾਗੇ ਬੰਦਿਆਂ ਨੂੰ ਕੈਂਸਰ ਆਫ ਲੀਵਰ ਵੀ ਹੋ ਜਾਂਦਾ ਲਾਈਫ ਬਹੁਤ ਸ਼ਾਰਟ ਹੋ ਜਾਂਦੀ ਹੈ ਲੀਵਰ ਦਾ ਖਾਸ ਧਿਆਨ ਰੱਖੋ ਲੀਵਰ ਗਿਆ ਤੁਹਾਡੀ ਜਾਨ ਵੀ ਕਾਫੀ ਖਤਰੇ 'ਚ ਆ ਜਾਏਗੀ ਲੀਵਰ ਦੇ ਅੱਜ ਤੱਕ ਕੋਈ ਟ੍ਰਾਂਸਪਲਾਂਟੇਸ਼ਨ ਜਿਹੜੀ ਹੁੰਦੀ ਹੈ ਇੰਨੀ ਕਾਮਯਾਬ ਨਹੀਂ ਹੈ ਇੰਨੀ ਆਸਾਨ ਨਾਲ ਆਸਾਨੀ ਤਰੀਕੇ ਨਾਲ ਨਹੀਂ ਹੁੰਦੀ ਹੈ ਇਹਦਾ ਓਨਲੀ ਤਾਂ ਓਨਲੀ ਇਲਾਜ ਹੈਗਾ ਪ੍ਰੀਵੈਂਸ਼ਨ ਐਂਡ ਪ੍ਰੀਵੈਂਸ਼ਨ ਇਜ਼ ਸਿਰਫ ਆਯੁਰਵੇਦਾ ਥਰੂ ਐਲੋਪੈਥੀ ਵਿੱਚ ਪ੍ਰੀਵੈਂਸ਼ਨ ਦੇ ਵਿੱਚ ਘੱਟ ਟ੍ਰੀਟਮੈਂਟ ਜ਼ਿਆਦਾ ਬਲੀਵ ਕਰਦੇ ਹਾਂ ਅਤੇ ਆਪਾਂ ਪ੍ਰੀਵੈਂਸ਼ਨ ਤੁਹਾਨੂੰ ਸਮਝਾਇਆ ਸੀ ਕੁਟਕੀ ਅਤੇ 3 ਕੱਟੂ ਚੂਰਨ ਅਤੇ ਅੱਜ ਮੈਂ ਦੱਸਣ ਲਾ ਰਿਹਾ ਮਿਲਕ ਥੀਸਲ ਠੀਕ ਹੈ ਜੀ ਇਹ ਪੰਸਾਰੀ ਦੀ ਸ਼ੋਪ ਤੋਂ ਸੀਡਸ ਦੇ ਫਾਰਮ 'ਤੇ ਮਿਲ ਜਾਂਦਾ ਹੈ ਹੁਣ ਇਹ ਸੀਡਸ ਹੁੰਦਾ ਕੀ ਹੈ ਤੁਹਾਨੂੰ ਸਮਝਾਇਆ 4-6% ਸਿਲੀਮਰੀਨ ਹੁਣ ਇਹ ਜਿਹੜਾ ਸੀਡਸ ਨੂੰ ਇਹ ਕੀ ਕਰਦੇ ਨੇ ਐਕਸਟ੍ਰੈਕਟ ਕਰਦੇ ਆ
ਅਸਾਂ ਸੀਡਸ ਨੂੰ ਐਕਸਟ੍ਰੈਕਟ ਕਰਦੇ ਹਾਂ, ਜਿਹੜੇ ਕੈਮੀਕਲ ਯੂਜ ਕਰਦੇ ਹਾਂ ਉਸ ਨਾਲ ਦਿੰਦਾ, ਉਹਨੂੰ ਕੀ ਕਰਦੇ ਹਾਂ ਸੀਡਸ ਨੂੰ ਇਹ ਸਲੋ ਹੀਟ ਦੇ ਕੇ ਉਹਦੇ ਵਿੱਚੋਂ ਦੀ ਸਿਲਾਮੀਨ ਜਿਹੜਾ ਹੈਗਾ ਨਾ ਐਕਸਟ੍ਰੈਕਟ ਕਰਦੇ ਹੈ, ਤਾਂ ਪਾਣੀ ਕੱਢ ਕੇ ਉਹ 'ਚੋਂ ਕੱਪੜ ਛਾਣ ਕਰਕੇ ਅਤੇ ਉਹਨੂੰ ਸੁਕਾ ਦਿੱਤਾ ਜਾਂਦਾ ਹੈ, ਅਤੇ ਉਹਦੇ ਵਿੱਚ 65% ਸਿਲੀਮਰੀਨ ਨਿਕਲ ਜਾਂਦਾ ਹੈ। ਸਿਲੀਮਰੀਨ ਦੇ ਵਿੱਚ ਹੁੰਦਾ ਕੀ ਹੈ, ਕੰਬੀਨੇਸ਼ਨ ਕੀ ਹੈ, ਇਹਦੇ ਵਿੱਚ ਉਹਨਾਂ ਟੈਕਨੀਕਲ ਚੀਜ਼ਾਂ ਆਈਆਂ, ਬੜਾ ਬੜਾ ਸਮਝਾ ਦਿੰਦਾ। ਇਹ ਸਿਲੀਬਿਨ ਏ, ਸਿਲੀਬਿਨ ਬੀ, ਆਈਸੋ ਸਿਲੀਬਿਨ ਏ, ਆਈਸੋ ਸਿਲੀਬਿਨ ਬੀ, ਇਹ ਚਾਰ ਤਰੀਕੇ ਦੇ ਫਲੈਵੀਨੋਇਡਸ ਹੁੰਦੇ ਨੇ ਜਾਂ ਪੋਲੀਫਿਨੋਲਸ ਹੁੰਦੇ ਨੇ, ਇਹ ਮਿਲ ਕੇ ਸਿਲੀਮਰੀਨ ਬਣਾਉਂਦੇ ਨੇ ਜੋ ਕਿ ਸੋਜਿਸ਼ ਨੂੰ, ਲੀਵਰ ਦੀ ਸੋਜਿਸ਼ ਨੂੰ ਘਟਾਉਂਦਾ ਹੈ। ਠੀਕ ਹੈ ਜੀ, ਤੁਹਾਨੂੰ ਸਮਝ ਲੱਗ ਗਈ ਗੱਲ। ਅਤੇ ਆਪਾਂ ਹੁਣ ਮਿਲਕ ਥਿਸਲ ਜਿਹੜਾ ਹੈਗਾ ਪਲਾਂਟ ਜਿਹੜਾ ਇਹ ਹੈਗਾ, ਇਹਦੇ ਆਪਾਂ ਆਹ ਚੀਜ਼ਾਂ ਯੂਜ਼ ਕਰਨੀਆਂ ਨੇ, ਇਹ ਮਾਰਕੀਟ 'ਚ ਅਵੇਲੇਬਲ ਹੈ। ਮਿਲਕ ਥਿਸਲ ਐਕਸਟ੍ਰੈਕਟ ਵੀ ਅਵੇਲੇਬਲ ਹੈ ਮਾਰਕੀਟ 'ਚ ਔਨਲਾਈਨ, ਉਹ ਵੀ ਆਪਾਂ ਖਾ ਸਕਦੇ ਹਾਂ। ਹਰਬਲ ਹੈ, ਹਰਬਲ ਹੈ। ਡੋਜ਼ ਕਿੰਨੀ ਹੈ ਇਹਦੀ? ਡੋਜ਼ ਇਹਦੀ ਭਾਅ ਜੀ 170 mg ਐਕਸਟ੍ਰੈਕਟ ਦੀ, ਇੱਕ ਦਿਨ ਦੇ ਵਿੱਚ ਖਾ ਸਕਦੇ ਹੋ। ਜਿਵੇਂ ਜ਼ਿਆਦਾ ਪ੍ਰੋਬਲਮ ਹੈਗੀ ਹੈ ਉਹਨੂੰ ਡਬਲ ਕਰ ਸਕਦੇ ਹਾਂ, 300 mg ਵੀ ਖਾ ਸਕਦੇ ਹਾਂ ਐਕਸਟ੍ਰੈਕਟ ਫੋਰਮ ਦੇ ਵਿੱਚ। ਠੀਕ ਹੈ ਜੀ, ਹੁਣ ਜਿਨ੍ਹਾਂ ਨੇ ਅੱਜ ਕੱਲ੍ਹ ਮਿਲਕ ਥਿਸਲ ਟੀ ਮਿਲ ਗਈ ਹੈ, ਚਾਹ ਵੀ ਆ ਗਈ ਹੈ, ਅਤੇ ਉਹ ਵੀ ਤੁਸੀਂ ਔਨਲਾਈਨ ਮੰਗਾ ਸਕਦੇ ਹੋ, ਉਹ ਵੀ ਬਹੁਤ ਅੱਛੀ ਹੈ। ਜਿਹੜੀ ਜੀ ਅੱਛੀਆਂ ਆਪਾਂ ਨੂੰ ਖਾਵਾਂਗੇ, ਹੈ ਜੀ। ਹੁਣ ਇਹ ਜਿਹੜਾ ਮਿਲਕ ਥਿਸਲ ਦੇ ਵਿੱਚ ਪ੍ਰੋਪਰਟੀਜ਼ ਕੀ ਹੈ, ਇਹ ਪੇਟ ਦੀਆਂ ਪ੍ਰੋਪਰਟੀਜ਼ ਕੀ ਹੈਗੀਆਂ, ਇਹ ਦੇਖੋ ਇੱਕ ਤਾਂ ਸਭ ਤੋਂ ਸੁਣਿਆ ਪਹਿਲੇ ਮੈਂ ਕਿ ਇਹ ਇਕੱਲਾ ਲੀਵਰ ਵਾਸਤੇ ਨਹੀਂ ਹੈਗਾ, ਲੀਵਰ ਪ੍ਰੋਟੈਕਟਿਵ ਕਹਿੰਦੇ ਆਪਾਂ ਇੰਗਲਿਸ਼ ਦੇ ਵਿੱਚ, ਇਹ ਲੀਵਰ ਨੂੰ ਪ੍ਰੋਟੈਕਟ ਕਰਦਾ ਹੈ, ਲੀਵਰ ਨੂੰ ਪ੍ਰੀਵੈਂਟ ਕਰਦਾ ਹੈ ਖਰਾਬ ਹੋਣ ਤੋਂ, ਦਿਸ ਇਜ਼ ਆਯੁਰਵੇਦਾ, ਹੈ ਨਾ। ਇਹ ਐਂਟੀ ਕੈਂਸਰ ਆਫ ਲੀਵਰ ਵੀ ਹੈ, ਅਤੇ ਨੰਬਰ 2 ਇਹ ਐਂਟੀ ਇਨਫਲੇਮੇਟਰੀ ਸੋਜਿਸ਼ ਠੀਕ ਕਰਦਾ ਹੈ, ਇਹ ਇਮਿਊਨੋ ਮੋਡੂਲੇਟਰ ਵੀ ਹੈਗਾ, ਸਾਡੀ ਇਮਿਊਨਿਟੀ ਨੂੰ ਵਧਾਉਂਦਾ ਵੀ ਹੈ। ਠੀਕ ਹੈ ਜੀ, ਇਹ ਨਿਊਰੋ ਪ੍ਰੋਟੈਕਟਿਵ ਵੀ ਹੈਗਾ, ਇਹ ਨਰਵਸ ਸਿਸਟਮ ਨੂੰ ਵੀ ਇਹ ਸਟਰੋਂਗ ਕਰਦਾ, ਇਹ ਲੈਕਟੋਜੈਨਿਕ ਵੀ ਹੈਗਾ। ਲੈਕਟੋਜੈਨਿਕ ਮਤਲਬ ਹੁੰਦਾ ਜਿਹੜੀਆਂ ਮਾਵਾਂ ਆਪਾਂ ਬੱਚਿਆਂ ਨੂੰ ਫੀਡ ਦਿੰਦੀਆਂ ਨੇ, ਉਹ ਵੀ ਮਿਲਕ ਥਿਸਲ ਖਾ ਸਕਦੀਆਂ ਨੇ, ਉਹਦੇ 'ਚ ਦੁੱਧ ਜ਼ਿਆਦਾ ਪ੍ਰੋਡਕਸ਼ਨ ਹੁੰਦਾ ਹੈ ਮਾਂ ਦੇ ਨੈਚੁਰਲ ਫਾਰਮ ਦੇ ਵਿੱਚ। ਹੁਣ ਜਿਹੜੀ ਇਹਨੂੰ ਆਪਾਂ ਹੋਰ ਕਿਸ ਤਰੀਕੇ ਨਾਲ ਖਾ ਸਕਦੇ ਹਾਂ, ਇਹਦੇ ਬੀਜ ਨੂੰ ਅਸੀਂ ਕਰਸ਼ ਕਰਕੇ, ਬੀਜਾਂ ਨੂੰ ਅਸੀਂ ਮਿਕਸੀ 'ਚ ਕਰਸ਼ ਕਰਕੇ ਇਹਨੂੰ ਸਮੂਦੀ 'ਚ ਪਾ ਕੇ, ਸਮੂਦੀ 'ਚ ਪਾ ਕੇ, ਮਿਲਕ ਸ਼ੇਕ 'ਚ ਪਾ ਕੇ, ਜਾਂ ਆਪਾਂ ਇਸ ਤਰ੍ਹਾਂ ਬਰਗਰ ਖਾਂਦੇ ਹਾਂ ਉਦੋਂ ਤਾਂ ਲੱਗੀ ਹੁੰਦੀ ਨਾ ਉਹ ਅਲਸੀ ਉਲਸੀ, ਉਸ ਤਰੀਕੇ ਦਾ ਪਾਊਡਰ ਆਪਾਂ ਪਾ ਕੇ, ਅਤੇ ਇਹਨੂੰ ਸਨੈਕਸ ਦੇ ਵਿੱਚ ਵੀ ਖਾਇਆ ਜਾ ਸਕਦਾ ਹੈ, ਸਬਜ਼ੀਆਂ 'ਚ ਪਾ ਕੇ ਵੀ ਖਾ ਸਕਦੇ ਹੋ। ਤਰੀਕੇ ਬਹੁਤ ਹੈ ਖਾਣ ਦੇ, ਖਾਣ ਵਾਲੇ ਬਣੋ। ਮੈਂ ਤਾਂ ਨੌਲੇਜ ਤੁਹਾਨੂੰ ਦਈ ਜਾਂਦਾ ਜਿੰਨੀ ਹੁੰਦੀ ਹੈ, ਅਤੇ ਤੁਹਾਨੂੰ ਸਮਝਾਤਾ ਇੱਕ ਜੜੀ ਬੂਟੀ ਜਿਹਦਾ ਨਾਮ ਮਿਲਕ ਥਿਸਲ, ਅਤੇ ਉਹਦਾ ਨਾਮ ਇੰਗਲਿਸ਼ ਦਾ ਨਾਮ ਹੈਗਾ ਸੈਲੀਬਮ ਮੈਰੀਨੀਅਮ, ਅਤੇ ਇਹਨੂੰ ਤੁਸੀਂ ਇਹਨੂੰ ਸਿਲੀਬਰੀਨ ਮੈਨੂੰ ਆਪਾਂ ਆਮ ਤੌਰ 'ਤੇ ਕਹਿੰਦੇ ਹਾਂ। ਸਿੱਧਾ ਮਿਲਕ ਥਿਸਲ ਦੇ ਵਿੱਚ ਜਿਹੜਾ ਚੀਜ਼ ਮਿਲਦੀ ਹੈ ਉਹ ਸਿਲੀਮਰੀਨ ਹੈ, ਸਿਲੀਮਰੀਨ ਅਲੱਗ ਚੀਜ਼ ਨਹੀਂ ਹੈਗੀ। ਲੋਕ ਕਹਿੰਦੇ ਆ ਸਿਲੀਬਰੀਨ ਨਾਲ ਖਾ ਰਹੇ ਹੈ, ਇਹ ਕਹਿੰਦਾ ਮਿਲਕ ਥਿਸਲ ਖਾ ਰਹੇ ਹੈ, ਪਤਾ ਕੁਝ ਹੈ ਨਹੀਂ ਕੀ ਫਰਕ ਹੈਗਾ। ਉਹ ਮਿਲਕ ਥਿਸਲ 'ਚੋਂ ਸੈਲੀਮਰੀਨ ਹੀ ਮਿਲਦੀ ਹੈ, ਮਿਲਕ ਥਿਸਲ ਦੇ ਵਿੱਚ ਸੈਲੀਮਰੀਨ ਹੀ ਹੁੰਦੀ ਹੈ, ਸੈਲੀਮਰੀਨ ਖਾ ਰਹੇ ਹੋ ਤਾਂ ਤੁਸੀਂ ਉਹਦਾ ਐਕਸਟ੍ਰੈਕਟ ਖਾ ਰਹੇ ਹੋ। ਠੀਕ ਹੈ, ਅਸੀਂ ਮਿਲਕ ਥਿਸਲ ਖਾਣਾ ਹੈ ਅਤੇ ਡਾਇਰੈਕਟ ਉਹਦਾ ਪਾਊਡਰ ਬਣਾ ਕੇ, ਬੀਜ ਦਾ ਪਾਊਡਰ ਬਣਾ ਕੇ, ਸਮੂਦੀ ਬਣਾ ਕੇ ਅਸੀਂ ਖਾ ਸਕਦੇ ਹਾਂ, ਕਿਸੇ ਤਰੀਕੇ ਦਾ ਐਕਸਟ੍ਰੈਕਟ ਨਹੀਂ ਬਣੇਗਾ, ਉਹ ਵੀ ਬਹੁਤ ਅੱਛਾ ਹੈਗਾ। ਤਾਂ ਮੈਂ ਡੋਜ਼ ਦੱਸਤੀ ਹੈ ਇਹਦੀ, ਠੀਕ ਹੈ ਜੀ। ਚੰਡੀਗੜ੍ਹ ਤੋਂ ਡਾਕਟਰ ਸਨੋਕ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ।